ਏਟੀਐਮ ਤੋਂ ਨਿਕਲੇ ਫਟੇ ਨੋਟ ਘਬਰਾਉਣਾ ਸੋਖਾ ਹਲ ਕਈ ਵਾਰ ਏਟੀਐਮ ਤੋਂ ਨੋਟ ਕੱਢਦੇ ਸਮੇਂ ਸਾਨੂੰ ਫਟੇ ਜਾਂ ਗੰਦੇ ਨੋਟ ਮਿਲ ਜਾਂਦੇ ਹਨ ਇਹ ਪ੍ਰਸਥਿਤੀ ਕਾਫੀ ਨਿਰਾਸ਼ਜਨਕ ਹੋ ਸਕਦੀ ਹੈ ਪਰ ਹੁਣ ਤੁਹਾਨੂੰ ਇਸ ਬਾਰੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਇਸ ਸਮੱਸਿਆ ਦਾ ਹੱਲ ਕੱਢਿਆ ਹੈ ਅਤੇ ਇਸ ਮਾਮਲੇ ਵਿੱਚ ਪੂਰਾ ਇੰਤਜ਼ਾਮ ਕੀਤੇ ਹਨ ਜੇਕਰ ਤੁਹਾਨੂੰ ਫਟਿਆ ਜਾਂ ਗੰਦਾ ਨੋਟ ਮਿਲਦਾ ਹੈ ਤਾਂ ਤੁਹਾਨੂੰ ਇਹ ਨੋਟ ਬਦਲਵਾਉਣ ਦਾ ਪੂਰਾ ਪੂਰਾ ਹੱਕ ਹੈ ਆਰਬੀਆਈ ਦੇ ਨਿਯਮਾਂ ਦੇ ਤਹਿਤ ਬਦਲੀ ਕੀਤੀ ਗਈ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਯਮ ਮੁਤਾਬਕ ਜੇਕਰ ਏਟੀਐਮ ਤੋਂ ਫਟੇ ਜਾਂ ਗੰਦੇ ਨੋਟ ਨਿਕਲਦੇ ਹਨ ਤਾਂ ਬੈਂਕ ਉਹਨਾਂ ਨੂੰ ਬਦਲਾਉਣ ਤੋਂ ਇਨਕਾਰ ਨਹੀਂ ਕਰ ਸਕਦੇ ਇਹ ਨੋਟ ਜਨਤਕ ਖੇਤਰ ਦੇ ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਬਿਨਾਂ ਕਿਸੇ ਮੁਸ਼ਕਲ ਦੇ ਬਦਲੇ ਜਾ ਸਕਦੇ ਹਨ ਤੁਹਾਨੂੰ ਸਿਰਫ ਬੈਂਕ ਦੇ ਕਾਊਂਟਰ ਤੇ ਜਾਂ ਰਿਜ਼ਰਵ ਬੈਂਕ ਦੇ ਜਾਰੀ ਕਰਨ ਵਾਲੇ ਦਫ਼ਤਰ ਵਿੱਚ ਜਾਣਾ ਪਵੇਗਾ ਕਿਹੜੇ ਨੋਟ ਬਦਲੇ ਜਾ ਸਕਦੇ ਹਨ ਆਰਬੀਆਈ ਦੇ ਮੁਤਾਬਕ ਕਟੇ ਹੋਏ ਜਾਂ ਫਟੇ ਹੋਏ ਨੋਟਾਂ ਨੂੰ ਗੰਦੇ ਨੋਟ ਮੰਨਿਆ ਜਾਂਦਾ ਹੈ ਜੇਕਰ 10 ਰੁਪਏ ਜਾਂ ਇਸ ਤੋਂ ਵੱਧ ਮੁੱਲ ਦੇ ਫੱਡੇ ਨੋਟ ਹਨ ਪਰ ਦੋਵੇਂ ਸਿਰਿਆਂ ਤੇ ਨਿਸ਼ਾਨ ਸਪਸ਼ਟ ਹਨ ਤਾਂ ਇਹ ਨੋਟ ਆਸਾਨੀ ਨਾਲ ਬਦਲੇ ਜਾ ਸਕਦੇ ਹਨ ਕਟੇ ਫੱਟੇ ਨੋਟ ਵੀ ਬਦਲੇ ਜਾ ਸਕਦੇ ਹਨ ਜੇਕਰ ਉਹ ਨੰਬਰ ਪੈਨਲ ਤੋਂ ਨਾ ਕੱਟੇ ਗਏ ਹੋਣ ਬਦਲਵਾਨ ਦੀ ਪ੍ਰਕਿਰਿਆ ਤੁਸੀਂ ਗੰਦੇ ਨੋਟਾਂ ਨੂੰ ਕਿਸੇ ਵੀ ਜਨਤਕ ਬੈਂਕ ਪ੍ਰਾਈਵੇਟ ਬੈਂਕਾਂ ਦੀਆਂ ਕਰੰਸੀ ਚੈਸਟ ਬ੍ਰਾਂਚਾਂ ਵਿੱਚ ਜਾਂ ਆਰਬੀਆਈ ਦੇ ਦਫ਼ਤਰ ਵਿੱਚ ਬਦਲ ਸਕਦੇ ਹੋ ਛੋਟੇ ਮੁੱਲ ਦੇ ਨੋਟ ਜਿਵੇਂ 5 ਰੁਪਏ ਦਾ ਨੋਟ ਨੂੰ ਬੈਂਕ ਦੇ ਕਾਊਂਟਰ ਤੇ ਸਿੱਧਾ ਬਦਲਾਇਆ ਜਾ ਸਕਦਾ ਹੈ ਵੱਡੇ ਮੁੱਲ ਦੇ ਨੋਟ ਲਈ ਬੈਂਕ ਖਾਤੇ ਵਿੱਚ ਭੇਜ ਕੇ ਬਦਲਵਾਨ ਦੀ ਸਲਾਹ ਦਿੱਤੀ ਜਾਂਦੀ ਹੈ ਪ੍ਰਤੀਕਿਰਿਆ ਅਤੇ ਸਹੂਲਤਾਂ ਜਦੋਂ ਤੁਸੀਂ ਬਦਲੇ ਗੰਦੇ ਨੋਟ ਬੈਂਕ ਤੁਹਾਨੂੰ ਬਿਨਾਂ ਕਿਸੇ ਦਿੱਕਤ ਦੇ ਨਵੇਂ ਨੋਟ ਦਿੰਦੇ ਹਨ ਜੇਕਰ ਨੋਟਾਂ ਦੀ ਕੀਮਤ 5000 ਰੁਪਏ ਤੋਂ ਵੱਧ ਹੋ ਜਾਂਦੀ ਹੈ ਤਾਂ ਬੈਂਕ ਵਾਧੂ ਪ੍ਰਕਿਰਿਆ ਨੂੰ ਅਪਣਾਉਂਦੇ ਹਨ ਅਤੇ ਕਈ ਵਾਰ ਸੇਵਾ ਖਰਚੇ ਵੀ ਲਾਗੂ ਹੋ ਸਕਦੇ ਹਨ ਇਸ ਦਾ ਨਤੀਜਾ ਕੀ ਨਿਕਲਦਾ ਹੈ ਤੁਹਾਨੂੰ ਏਟੀਐਮ ਚੋਂ ਫਟੇ ਜਾਂ ਗੰਦੇ ਨੋਟ ਮਿਲਣ ਤੇ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਸਿਰਫ ਆਪਣੇ ਨੇੜਲੇ ਬੈਂਕ ਜਾਂ ਆਰਬੀਆਈ ਦੇ ਦਫ਼ਤਰ ਚ ਜਾਓ ਅਤੇ ਇਹ ਨੋਟ ਆਸਾਨੇ ਨਾਲ ਉੱਥੋਂ ਬਦਲਵਾ ਲਓ ਧੰਨਵਾਦ ਅਤੇ ਵਧੇਰੀ ਜਾਣਕਾਰੀ ਦੇ ਲਈ ਸਾਡਾ ਚੈਨਲ ਐਨਓਆਈ24 ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ